ਕੀਤਾ ਹੋਇਆ ਸੀ ਵਿਰਾਸਤੀ ਸਵਾਲ, ਵਿਰਾਸਤੀ ਸੁਣਿਆ ਬਾਈ ਕਿ ਨਹੀਂ? ਨਹੀਂ ਸੁਣਿਆ, ਓਕੇ। ਆ ਦੂਜਾ ਨਿਜ਼ਾਮੂਦੀਨ ਦੀ ਕਿੰਨੇ ਚ ਜੁੱਤੀ ਵਿਕੀ ਸੀ, ਉਹ ਕਿਹਨਾਂ ਕੰਨਾਂ ਦੇ ਕੇ ਤੋਪਾਂ ਸੀ ਚਲਾਤੀਆਂ, ਉਹ ਕਿਹਨੇ ਆਖਿਆ ਖਾਨੋ ਨੂੰ ਭਾਬੀ ਆਪਣੀ, ਉਹ ਕਿਹਨੇ ਗੜਵਾ ਧਿਆਨੇ ਮੱਥੇ ਜੜਿਆ, ਕਦੇ ਪੜਿਓ ਪੜਿਓ ਜ਼ੋਰਾਵਰ ਕੌਣ ਸੀ ਜਿਹਦੇ ਡਰੋਂ ਨਾ ਤਿੱਬਤ ਚੀਨਾ, ਪੜਿਓ ਜ਼ੋਰਾਵਰ ਕੌਣ ਸੀ, ਪੜਿਓ ਜ਼ੋਰਾਵਰ ਕੌਣ ਸੀ। ਭੁੱਲਿਓ ਮੰਗਲ ਪਾਂਡੇ ਹੋਵੋਗੇ, ਦੇਸ਼ ਦੀ ਆਜ਼ਾਦੀ 'ਚ ਜਿੱਥੇ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ, ਉੱਥੇ ਭਾਵੇਂ ਕੋਈ ਸਾਡੀ ਇਹ ਪ੍ਰੋਬਲਮ ਹੈ, ਭਾਵੇਂ ਉਹ ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਅਤੇ ਜਿਹੜੇ ਭਾਈ ਸ਼ਹੀਦ ਹੋਏ ਉਹ ਸ਼ਹੀਦ ਨੇ। ਇਹ ਨਹੀਂ ਜੇ ਮੇਰੇ ਸਿਰ 'ਤੇ ਦਸਤਾਰ ਹੈ ਅਤੇ ਹਿੰਦੂ ਧਰਮ 'ਚੋਂ ਕੋਈ ਸ਼ਹੀਦ ਹੋਇਆ ਵਾ ਤਾਂ ਕਹਾਂ ਨਹੀਂ 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 ਸਾਡੇ ਵਾਲੇ ਹੋਏ, ਉਹ ਤਾਂ ਬੰਦੇ ਹੈ ਨਹੀਂ। ਇੱਕ ਮੇਰੀ ਹੋਰ ਸਾਫ਼ ਗੱਲ, ਸਪੱਸ਼ਟ ਗੱਲ, ਇਸ ਮੁਲਕ ਵਰਗੀ ਕੋਈ ਹੋਰ ਥਾਂ ਨਹੀਂ ਭਾਰਤ ਦੇਸ਼, ਤੁਸੀਂ ਜਿੱਥੇ ਵੀ ਘੁੰਮ ਲਿਓ, ਮੈਂ ਤਾਂ ਲਗਭਗ ਮਹਾਰਾਜ ਨੇ ਜਿੱਥੇ ਜਿੱਥੇ ਚੋਗਾ ਖਿਲਾਇਆ ਸੀ ਚੁੱਕ ਕੇ ਦੇਖ ਲਿਆ, ਇਸ ਮੁਲਕ ਵਰਗੀ ਹੋਰ ਜਿੰਨੇ ਇੱਥੇ ਮੌਸਮ ਹੈ, ਜਿੰਨਾ ਸੋਹਣਾ ਹੈ, ਇਹਦੇ ਵਰਗੀ ਹੋਰ ਕੋਈ ਧਰਤੀ ਨਹੀਂ। ਔਰ ਇਹ ਵੀ ਨਾਲ ਗੱਲ, ਇਹ ਮੁਲਕ ਮਾੜਾ ਨਹੀਂ, ਇੱਥੋਂ ਦੀ ਰਾਜਨੀਤੀ ਮਾੜੀ ਹੋ ਸਕਦੀ ਹੈ, ਪਰ ਇਹ ਮੁਲਕ ਲਈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਰਬੰਸ ਵਾਰਿਆ ਇਸ ਮੁਲਕ ਦੀ ਆਜ਼ਾਦੀ ਦੇ ਲਈ, ਲੱਖਾਂ ਸ਼ਹਾਦਤਾਂ ਹੋਈਆਂ ਨੇ। ਅਸੀਂ ਇਸ ਮੁਲਕ ਨੂੰ ਕਦੇ ਜ਼ਿੰਦਗੀ 'ਚ ਮਾੜਾ ਨਹੀਂ ਕਹਿ ਸਕਦੇ। ਹਾਂ, ਇੱਥੋਂ ਦੀ ਰਾਜਨੀਤੀ ਮਾੜੀ ਹੋ ਸਕਦੀ ਜਿਨ੍ਹਾਂ ਨੇ ਆਮ ਲੋਕਾਂ ਨਾਲ ਨਿਆਂ ਨਾ ਕੀਤਾ ਹੋਵੇ। ਗਏ ਭੁੱਲਿਓ ਮੰਗਲ ਪਾਂਡੇ ਹੋਵੋਗੇ, ਗੁਰੂ ਤੇਗ ਬਹਾਦਰ ਸਾਹਿਬ ਸੱਚੀ ਸਰਕਾਰ, ਤੇ ਜਦੋਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਚਾਂਦਨੀ ਚੌਂਕ ਸ਼ਾਹ ਰੱਗ ਦਾ ਖੂਨ ਦਿੱਤਾ ਤੇ ਉਹਨਾਂ ਦੇ ਨਾਲ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ। ਇੱਥੇ ਗੱਲ ਕਿਰਦਾਰਾਂ ਦੀ ਇਹ ਨਹੀਂ, ਜੇ ਮੈਂ ਸਰਦਾਰਾਂ ਦੇ ਘਰ ਜਾਂਦੇ ਪਤਾ ਨਹੀਂ ਮੈਨੂੰ ਦਰਗਾਹ ਦੀਆਂ ਟਿਕਟਾਂ ਸਵਰਗ ਦੀਆਂ ਪੱਕੀਆਂ ਮਿਲ ਗਈਆਂ। ਇਹ ਸੇਮ ਉਹੀ ਚੈਪਟਰ ਹੈ ਜਿੱਦਾਂ ਛੋਟੇ ਜਿਹੇ ਬੱਚੇ ਨੂੰ ਐਡਮਿਸ਼ਨ ਨਹੀਂ ਦਿੰਦੇ, ਇਹ ਨਹੀਂ ਜੇ ਕੋਨਵੈਂਟ ਸਕੂਲ 'ਚ ਪਾ ਦਿੱਤਾ ਤਾਂ ਉਹ ਪੱਕਾ ਹੀ DC ਬਣੂਗਾ, ਪੱਕਾ ਹੀ SSP ਬਣੂਗਾ। ਜ਼ਰੂਰੀ ਨਹੀਂ ਪ੍ਰਾਇਮਰੀ ਸਕੂਲ 'ਚ ਪੜ੍ਹ ਕੇ ਵੀ ਉਹ DC ਬਣ ਸਕਦਾ ਹੈ ਅਤੇ ਕਿਸੇ ਵੀ ਪੋਸਟ 'ਤੇ ਜਾ ਸਕਦਾ, ਕਿਉਂਕਿ ਬਾਅਦ ਵਾਲੀ ਐਡਮਿਸ਼ਨ ਤੋਂ ਬਾਅਦ ਮਿਹਨਤ ਹੈ ਕਿ ਉਹਦੇ 'ਚ ਮਿਹਨਤ ਕਿੰਨੀ ਕਰਦਾ। ਇਸੇ ਤਰ੍ਹਾਂ ਭਾਵੇਂ ਕੋਈ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਭਾਈ ਨਵੇੜੇ ਕਰਮਾਂ ਦੇ ਨੇ, ਕਿਉਂਕਿ ਉੱਥੇ ਨਵੇੜੇ ਅਮਲਾਂ ਦੇ ਆ, ਜਾਤ ਨਹੀਂ, ਜਾਤ ਇੱਥੇ ਹੀ ਰਹਿ ਜਾਣੀ ਆ। ਗਏ ਭੁੱਲਿਓ ਮੰਗਲ ਪਾਂਡੇ ਹੋਵੋਗੇ, ਕਿਹੜੇ ਰਾਜੇ ਨੇ ਅਨਾਜ ਚੁੱਕ ਸਿਰ ਤੇ ਘਰੇ ਸੁੱਟਿਆ ਸੀ ਬੁੱਢੜੇ ਗਰੀਬ,
ਛੱਜਾ ਸੁੱਟ ਕੇ ਕੁਵਰ ਕੀ ਨੇ ਮਾਰਿਆ। ਕੁਵਰ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ। ਛੱਜਾ ਸੁੱਟ ਕੇ ਓਏ ਕੁਵਰ ਕੀ ਨੇ ਮਾਰਿਆ, ਤੇ ਫੌਜਾਂ ਹਰੀ ਦੇ ਮੰਦਰ ਕਿਨਾ ਚਾੜੀਆਂ, ਕਿਨਾ ਲਈਆਂ ਪ੍ਰਧਾਨਗੀਆਂ ਦੱਸਿਓ, ਲਈਆਂ ਪ੍ਰਧਾਨਗੀਆਂ ਦੱਸਿਓ, ਕਿਨਾ ਲਈਆਂ ਪ੍ਰਧਾਨਗੀਆਂ ਦੱਸਿਓ। ਚਮਿੰਡੇ 200 ਵੱਡਿਆ, ਇਹ ਗੂਗਲ ਤੇ ਵੀ ਭਰੂਗੇ ਨਾ ਬ੍ਰਦਰ, ਚਮਿੰਡੇ ਦਾ ਯੁੱਧ ਉੱਥੇ ਆ ਜਾਣਾ। ਜਦੋਂ ਜਫਰ ਬੇਗ ਦੇ ਹੁਕਮ ਦਿੱਤਾ ਵੀ ਬੀਬੀਆਂ ਇਕੱਲੀਆਂ ਨੇ 20 ਪਠਾਣਾਂ ਨੂੰ, 200 ਪਠਾਣ ਹਮਲਾ ਧਾਵਾ ਬੋਲ ਦਿੱਤਾ, ਤੇ ਜੇ ਤਾਂ ਅੱਜ ਵਾਲਾ ਸਿਸਟਮ ਹੁੰਦਾ ਵੀ ਸਾਡੀਆਂ ਧੀਆਂ ਨੂੰ ਉਹ ਟਿਕਟੋਕ ਤੇ ਸਿਸਟਮ ਐਸੇ ਬਣਾਇਆ, ਸਾਡੀਆਂ ਭੈਣਾਂ ਸਾਡੀਆਂ ਧੀਆਂ ਇੰਸਟਾਗ੍ਰਾਮ ਤੇ ਰੀਲਾਂ ਪਾਉਣ ਜੋਗੀਆਂ ਰਹਿ ਗਈਆਂ, ਮੋਸਟਲੀ 70% ਲਾ ਲਓ। ਪਰ ਉਹਨਾਂ ਦੀ ਯੁੱਧ ਵਿੱਦਿਆ ਇੰਨੀ ਵਧੀਆ ਸੀ, 20 ਬੀਬੀਆਂ ਨੇ 200 ਪਠਾਣਾਂ ਦੇ ਆਹੂ ਲਾ ਦਿੱਤੇ। ਇਹ ਇਤਿਹਾਸ ਨਹੀਂ ਹੋਣ ਦੀਆਂ ਗੱਲਾਂ। ਉਹ 20 ਬੀਬੀਆਂ ਚਮਿੰਡੇ 200 ਵੱਡਿਆ, ਪੰਨੇ ਫੋਲ ਕੇ ਤਾਂ ਵੇਖੋ ਇਤਿਹਾਸ ਦੇ ਝੰਡਾ ਕੀ ਨੇ ਜਮਰੌਦ ਜਾ ਕੇ, 12 ਵਜੇ ਕਿਹੜੀ ਗੱਲੋਂ ਕੀਤੇ ਹਮਲੇ, ਤੇ ਤੇਗਾ ਰਾਤ ਦੇ ਹਨੇਰੇ ਕਿਨਾ ਮਾਰੀਆਂ, ਖੋ ਕੇ ਗਜਨੀ ਤੋਂ ਕਿਨੇ ਕਦੇ ਪੜਿਓ, ਕਿਵੇਂ ਕਰੋ ਕਰੀ ਤੋਰੀਆਂ, ਗਜਨੀ ਤੋਂ ਕਿਨੇ ਕਦੇ ਪੜਿਓ, ਖੋ ਕੇ ਗਜਨੀ ਤੋਂ ਕਿਨੇ ਕਦੇ ਪੜਿਓ। ਕੱਲੇ ਸਿੰਘ ਨੇ ਤਬਿੱਤ ਦੀਪ ਮੱਲਿਆ, ਸਰਹੱਦਾਂ ਤੇ ਅੱਜ ਵੀ ਜੇ ਚੀਨੇ ਡਰਦੇ ਆ ਨਾ, ਐਵੇਂ ਨਹੀਂ ਸਿੱਖ ਰੈਜੀਮੈਂਟ ਨੂੰ ਮੂਹਰੇ ਲਾਇਆ ਜਾਂਦਾ, ਇਹ ਸਾਰਿਆਂ ਤੋਂ ਜੁਝਾਰੂ ਔਰ ਸਾਰਿਆਂ ਤੋਂ ਲੜਾਕੂ ਕੌਮ। ਕੱਲੇ ਸਿੰਘ ਨੇ ਤਬਿੱਤ ਦੀਪ ਮੱਲਿਆ, ਕੈਚ ਛੁੱਟੇ ਤਾਂ ਗਦਾਰ ਸਾਨੂੰ ਆਖਦੇ, ਇੱਕੋ ਕੁਰਸੀ ਥਰਾਜ ਵਾਲੇ ਵਾਲਿਆ, ਉਹ ਸੀਨੇ ਕਿੰਨਿਆਂ ਦੇ ਗੋਲੀਆਂ ਮਰਾਤੀਆਂ, ਜਿਹਨੂੰ ਮੰਗਵਾਂ ਸਾਈਕਲ ਨਹੀਂ ਸੀ ਮਿਲਦਾ। ਇਹ ਤਾਂ ਭਰਾਵਾ ਸਾਡਾ ਵੀ ਸੱਚ ਹੈ,
ਬਾਈ ਸੱਚ ਗਾ ਕੇ ਮੋਹਰੇ ਆਉਣਾ ਬਹੁਤ ਔਖਾ ਸਰਦਾਰ ਜੀ। ਮੈਂ 2003 ਦਾ ਲੱਗਿਆ ਹੋਇਆ ਜਦੋਂ ਮੈਂ ਗ੍ਰੈਜੂਏਸ਼ਨ ਸ਼ੁਰੂ ਕੀਤੀ, ਆ 24 ਚੱਲ ਪਿਆ, 21 ਸਾਲ ਮੈਨੂੰ ਹੋ ਗਏ। ਕਈ ਬੰਦੇ ਮੈਨੂੰ ਅਜੇ ਵੀ ਕਹਿੰਦੇ ਤੁਹਾਡਾ ਸੂਤ ਹੈ ਯਾਰ, ਤੁਹਾਡਾ ਰੋਜ਼ੇ ਖਾੜਾ ਹੁੰਦਾ ਦੂਏ ਤੀਰ। ਮੈਂ ਕਿਹਾ ਭਰਾਵਾ 20 ਸਾਲ, ਔਰ ਅਸੀਂ ਕੋਈ ਸਹਾਰਾ ਬਾਪੂ, ਇੱਦਾਂ ਨਹੀਂ ਕੋਈ ਜੋ ਚੱਲਦਾ ਵੀ ਜੇ ਚੱਕਵੀਆਂ ਗੱਲਾਂ ਚੱਲਦੀਆਂ ਵੀ ਕਿਸੇ ਦੀ ਧੀ ਨੂੰ ਪੁਰ ਜਾ ਪਟੋਲਾ ਜਾਂ ਸ਼ਰਾਬ ਬਾਰੇ ਜਾਂ ਚਿੱਟੇ ਬਾਰੇ ਗੀਤ ਗਾ ਕੇ ਕੋਈ ਜਿੰਨੇ ਕੁ ਵੀ ਆ ਮੋਹਰੇ ਆਇਆ ਸੱਚ ਵਿੱਚ, ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਕਿਰਪਾ ਹੋਈ, ਜਿੰਨੇ ਕੁ ਵੀ ਯੋਗੇ ਔਰ ਆਖਰੀ ਸਾਹ ਤੱਕ ਸਾਡਾ ਗੀਤ ਕੋਈ ਚੱਲੇ ਨਾ ਚੱਲੇ, ਖਾੜੇ ਲੱਗਣ ਨਾ ਲੱਗਣ, ਪਰ ਜਿੰਨਾ ਚਿਰ ਘੰਟ 'ਚ ਸਾਹ ਹੈ ਚੰਗਾ ਹੀ ਸੁਣਾਵਾਂਗੇ, ਇਹੀ ਕੋਸ਼ਿਸ਼ ਆਖਰੀ ਸਾਹ ਤੱਕ। ਕੱਲੇ ਸਿੰਘ ਨੇ ਤਵੀਤ ਦੀਪ ਮੱਲਿਆ, ਕੈਚ ਛੁੱਟੇ ਤਾਂ ਗਦਾਰ ਸਾਨੂੰ ਆਖਦੇ, ਇੱਕੋ ਕੁਰਸੀ ਥਰਾਜ ਵਾਲੇ ਵਾਲ ਉਹ ਸੀਨੇ ਕਿੰਨਿਆਂ ਦੇ ਗੋਲੀਆਂ, ਜਿਹਨੂੰ ਮੰਗਵਾਂ ਸਾਈਕਲ ਨਹੀਂ ਸੀ ਮਿਲਦਾ ਉਹਨੇ ਗੱਡੀਆਂ ਟਰੈਕ ਤੇ, ਮੰਗਵਾਂ ਸਾਈਕਲ ਨਹੀਂ ਸੀ ਮਿਲਦਾ, 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 ਮੰਗਵਾਂ ਸਾਈਕਲ ਨਹੀਂ ਸੀ ਮਿਲਦਾ। ਭਜਾਤੀਆਂ ਅਗਲੇ ਬੋਲ ਹੈ ਧਰਤ ਪੰਜਾਬ ਦੀ, ਇਹੀ ਸਕੇਲ ਰੱਖਿਓ ਭਾਜੀ।